ਲਓ ਜੀ, ਐਸ ਐਸ ਟੈਲੀਵਿਜ਼ਨ ਦੇ ਸਾਰੇ ਦਰਸ਼ਕਾਂ ਦਾ ਅਤੇ ਰੇਡੀਓ ਸੁਰਸਾਗਰ ਦੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ 'ਚ ਕਰਦੇ ਹਾਂ ਨਿੱਘਾ ਸਵਾਗਤ। ਥੋੜ੍ਹਾ ਜਿਹਾ ਸਾਡੇ ਕੋਲ ਟੈਕਨੀਕਲ ਡਿਫਿਕਲਟੀ ਆਈ, ਕੁਝ ਦੇਰੀ ਦੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅਤੇ ਆਸ ਕਰਦੇ ਹਾਂ ਕਿ ਤੁਸੀਂ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੇ ਨਾਲ ਜੁੜ ਗਏ ਹੋਵੋਗੇ। ਸਾਡੇ ਕੋਲ ਕਾਫੀ ਕੁਝ ਆ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨਾ, ਮਹਿਮਾਨਾਂ ਨੂੰ ਅਸੀਂ ਪੇਸ਼ ਕਰਾਂਗੇ ਅਤੇ ਨਾਲ ਦੀ ਨਾਲ ਸਟੂਡੀਓ ਦੇ ਵਿੱਚੋਂ ਅਸੀਂ ਇਨਫੋਰਮੇਸ਼ਨ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਅਸੀਂ ਚੱਲੀਏ ਕੁਝ ਇੱਕ ਜਿਹੜੇ ਰੀਜਨ ਆਫ ਅਪੀਲ ਦੇ ਵਿੱਚ ਇਸ਼ੂਜ਼ ਨੇ ਅਤੇ ਖਾਸ ਨਿਊਜ਼ ਹੈ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਹਣਾ ਦੇ ਕੋਲ ਅਤੇ ਸਿਟੀ ਆਫ ਬਰੈਂਪਟਨ ਦੇ ਵਿੱਚ ਅਜੇ ਵੀ ਸਿਟੀ ਹਾਲ ਦੇ ਵਿੱਚ ਹੀ ਨੇ। ਇਹ ਟਾਈਮ ਭਾਵੇਂ ਹਾਂਜੀ ਸ਼ਾਮ ਦਾ ਕਾਫੀ ਦੇਰ ਦਾ ਹੋ ਗਿਆ, ਅਰਲੀ ਸਵੇਰੇ ਜਾਂਦੇ ਨੇ ਅਤੇ ਦੇਰ ਸ਼ਾਮ ਤੱਕ ਜਿਹੜਾ ਉਹ ਕੰਮ ਸਿਟੀ ਹਾਲ ਦੇ ਵਿੱਚ ਜਾਰੀ ਰਹਿੰਦਾ। ਗੁਰਪ੍ਰੀਤ ਸਿੰਘ ਜੀ ਢਿੱਲੋਂ ਸਿਟੀ ਹਾਲ ਤੋਂ ਨਿੱਘਾ ਸਵਾਗਤ ਹੈ ਪ੍ਰੋਗਰਾਮ 'ਚ। ਥੈਂਕ ਯੂ ਜੋਸਫ, ਤੁਹਾਨੂੰ ਤੇ ਸਾਰੇ ਆਪਣੇ ਵਿਊਅਰਸ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬੜੀ ਖੂਬਸੂਰਤ ਪਿਕਚਰ ਸਾਡੇ ਸਰੋਤੇ ਖਾਸ ਤੌਰ 'ਤੇ ਦਰਸ਼ਕ ਟੈਲੀਵਿਜ਼ਨ ਦੇ ਤੁਹਾਡੀ ਜਿਹੜੀ ਆ ਉਹ ਦੇਖ ਪਾ ਰਹੇ ਆ, ਕਿਉਂਕਿ ਜਦੋਂ ਤੁਸੀਂ ਪੇਸ਼ ਹੁੰਦੇ ਹੋ ਨਹੀਂ ਹੁੰਦੇ ਸਟੂਡੀਓ ਦੇ ਵਿੱਚ ਅਤੇ ਉਹ ਪਿਕਚਰ ਬੜੀ ਤੁਹਾਡੀ ਜਾਣੀ ਪਹਿਚਾਣੀ ਹੈ। ਜਸਪ੍ਰੀਤ ਰੰਧਾਵਾ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਪੰਜਾਬ ਤੋਂ ਉਹਨਾਂ ਨੇ ਪਿਕਚਰ ਤੁਹਾਡੀ ਸਜਾ ਕੇ ਪੇਸ਼ ਕੀਤੀ ਆ। ਅਤੇ ਥੋੜ੍ਹਾ ਜਿਹਾ ਦੱਸੋ ਵੀ ਕਿਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਡੇਲੀ ਲਾਈਫ ਹੈ ਐਜ਼ ਏ ਰੀਜਨਲ ਕੌਂਸਲਰ ਦੀਆਂ ਡਿਊਟੀਆਂ ਦਿੰਦੇ ਹੋਏ ਕਿਸ ਤਰ੍ਹਾਂ ਗੁਜ਼ਰ ਰਹੀ ਹੈ ਜੀ? Well, I think it's a good question. I think Sunday life is a little bit busy. ਹੁਣ ਹਰਕੀਰਤ ਸਿੰਘ ਜਿਹੜੇ ਆਪਣੇ ਸਿਟੀ ਕਾਉਂਸਲਰ, ਉਹ ਵੀ ਇੱਥੇ ਨੇ ਆਪਣੇ ਦਫ਼ਤਰ 'ਚ, ਆਪਾਂ ਕਿਸੇ ਪ੍ਰੋਜੈਕਟ 'ਤੇ ਆਪਾਂ ਇਕੱਠੇ ਕੰਮ ਕਰਦੇ ਪਏ ਸੀਗੇ, ਸੋ ਇਸ ਕਰਕੇ ਆਪਾਂ ਪਰਸਨਲੀ ਨਹੀਂ ਆਏ ਪਰ ਸਟੂਡੀਓ ਦੇ ਵਿੱਚ, ਪਰ ਯੂ ਨੋ ਮੀਟਿੰਗਾਂ ਹੁੰਦੀਆਂ ਨੇ ਆਪਣੇ ਕਾਉਂਸਲ, ਰੀਜਨਲ ਕਾਉਂਸਲ, ਅਤੇ ਸਵੇਰੇ ਵੀ ਕਮ ਵੀ ਡੂ ਆਰ ਮੀਟਿੰਗਸ, ਕਈ ਵਾਰੀ ਰੈਜ਼ੀਡੈਂਟਸ ਦੇ ਨਾਲ ਮੀਟਿੰਗ ਹੁੰਦੀ ਹੈ, ਸਟਾਫ ਦੇ ਨਾਲ, ਯੂ ਨੋ ਕਈ ਵਾਰੀ ਰਿਸਰਚ ਕਰਨਾ ਪੈਂਦਾ, ਪਰ ਐਟ ਦੀ ਐਂਡ ਆਫ ਦ ਡੇ ਇਸ ਕਰਕੇ ਲੋਕਾਂ ਨੇ ਸਾਨੂੰ ਭੇਜਿਆ ਕੰਮ ਕਰਨ ਵਾਸਤੇ ਅਤੇ ਸਾਨੂੰ ਇੱਕ ਸੇਵਾ ਮਿਲੀ ਹੈ, ਸੋ ਵੀ ਡੋਂਟ ਕੰਪਲੇਨ ਅਬਾਊਟ ਇਟ, ਵੀ ਜਸਟ ਕੰਟੀਨਿਊ ਟੂ ਡੂ ਹਾਰਡ ਵਰਕ, ਮੇਕ ਸ਼ੋਰ ਕਰਨ ਵਾਸਤੇ ਕਿ ਆਪਣੇ ਜਿਹੜੇ ਆਪਣਾ ਬਰੈਂਪਟਨ ਵਧੀਆ ਸਿਟੀ ਆ, ਉਹ ਵਧੀਆ ਸਿਟੀ ਹੋਵੇ। ਗੁਰਪ੍ਰੀਤ, ਇਸ ਤਰ੍ਹਾਂ ਵੀ ਜਦੋਂ ਇਲੈਕਟ ਹੋਣਾ ਹੁੰਦਾ ਕਈ ਵਾਰੀ ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਹੈ, ਮੋਟੀਵੇਟਡ ਹੁੰਦੇ ਨੇ। ਮੈਨੂੰ ਇੱਕ MPP ਯਾਦ ਨੇ ਜਿਨ੍ਹਾਂ ਨੇ ਇਲੈਕਟ ਹੋਣ ਲਈ ਬੜੀ ਮਿਹਨਤ ਕੀਤੀ, ਪਰ ਜਦੋਂ ਇਲੈਕਟ ਹੋ ਗਏ ਅਤੇ ਹੁਣ ਉਹਨਾਂ ਨੂੰ ਸੈਸ਼ਨ 'ਚ ਜਾਣਾ ਪੈਂਦਾ, ਕੰਮ ਕਰਨਾ ਪੈਂਦਾ, ਅਤੇ ਫਿਰ ਉਹ ਕਹਿੰਦੇ ਵੀ ਮੈਂ ਜਦੋਂ ਕੁਈਨਜ਼ ਪਾਰਕ ਹੁੰਦਾ ਮੈਨੂੰ ਇਦਾਂ ਲੱਗਦਾ ਜਿੱਦਾਂ ਮੈਂ ਜੇਲ੍ਹ 'ਚ ਜਾਂਦਾ, ਉਹ ਸਾਰਾ ਸਮਾਂ ਕਿਸੇ ਦਾ ਜਿੱਦਾਂ ਕੈਦੀ ਦਾ, ਪ੍ਰਿਜ਼ਨਰ ਦਾ ਜੇਲ੍ਹ ਵਿੱਚ ਗੁਜ਼ਰਦਾ। ਤੁਹਾਨੂੰ ਤਾਂ ਨਹੀਂ ਇਦਾਂ ਲੱਗਦਾ ਕਿਤੇ? ਨਹੀਂ, ਅਸੀਂ ਹੁਣ ਸਾਡੀ ਜਿਹੜੀ ਸਿਟੀ ਕਾਉਂਸਲ ਹੈ ਇਸ ਟਰਮ ਦੇ ਵਿੱਚ ਬਹੁਤ ਵਧੀਆ, ਸੋ ਰਿਲੇਸ਼ਨ ਇੱਕ ਦੂਜੇ ਦੇ ਨਾਲ ਠੀਕ ਨੇ, ਵਧੀਆ ਨੇ, ਸੋ ਇਸ ਕਰਕੇ ਜਦੋਂ ਅਸੀਂ ਆਉਂਦੇ ਹਾਂ ਉਹਨਾਂ ਦੇ ਨਾਲ ਆਪਾਂ ਡੀਲਿੰਗ ਸਾਡੀਆਂ ਵਧੀਆ ਹੁੰਦੀਆਂ ਨੇ, ਕਾਫੀ ਕੁਛ ਅਕੋਮਪਲਿਸ਼ ਕੀਤਾ, ਸੋ ਹੁਣ ਤੱਕ ਸੈਟਿਸਫਾਈਂਗ ਫੀਲਿੰਗ ਮਿਲੀ ਹੈ ਹੁਣ ਤੱਕ ਸਿਟੀ ਕਾਉਂਸਲ ਦੇ ਵਿੱਚ। ਲਾਈਕ ਆਈ ਸੈਡ, ਆਪਣੇ ਸਟਾਫ ਵੀ ਬਹੁਤ ਵਧੀਆ, ਐਂਡ ਵੀ ਹੈਵ ਗੁੱਡ ਕਾਉਂਸਲਰਸ ਐਸ ਵੈਲ। ਤੇ ਹਰਕੀਰਤ ਸਿੰਘ ਮੇਰੇ ਨਾਲ ਨੇ, ਉਹਨੇ ਫਤਿਹ ਬੁਲਾਉਣੀ ਤੁਹਾਨੂੰ। ਹੀਜ਼ ਗਾਟ ਅ ਰਨ ਇਨ ਐਂਡ ਆਊਟ ਦਿਸ ਪ੍ਰੋਗਰਾਮ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਕੀਰਤ, ਤੁਹਾਨੂੰ ਸਭ ਤੋਂ ਪਹਿਲਾਂ ਵਿਆਹ ਦੀਆਂ ਮੁਬਾਰਕਾਂ, ਕੰਗ੍ਰੈਚੁਲੇਸ਼ਨਸ। ਥੈਂਕ ਯੂ ਸੋ ਮਚ। ਤੇ ਆਪਾਂ ਇੱਥੇ ਸਿਟੀ ਹਾਲ ਕੰਮ ਕਰਦੇ ਸੀਗੇ ਦੋਨੋਂ, ਇੱਥੇ ਹੀ ਆ, ਤੇ ਮੈਂ ਮੀਟਿੰਗ ਵਿੱਚ ਸੀਗਾ ਪਰ ਮੇਰੇ ਕਮਰੇ 'ਚ ਮਾਰ ਗਿਆ, ਮੇਰਾ ਨਾਂ ਸੀਗਾ। ਤੇ ਹਰਕੀਰਤ, ਜਦੋਂ ਸਾਡਾ ਅਖਬਾਰ ਦੇ ਵਿੱਚ ਤੁਹਾਡਾ ਕੁਝ ਛਪਦਾ ਨਾ, ਤੇ ਉਧਰੋਂ ਫਿਰ ਅਸੀਂ ਪਾਠਕਾਂ ਨੂੰ ਦੱਸਦੇ ਹਾਂ ਵੀ ਹਰਕੀਰਤ ਇੱਕੋ ਇੱਕ ਸਿਟੀ ਕੌਂਸਲਰ ਨੇ ਪੂਰੇ ਕੈਨੇਡਾ 'ਚ ਹੋਣਗੇ ਜਿਹੜੇ ਕਿ ਆਪਣੇ ਦਸਖਤ ਪੰਜਾਬੀ ਵਿੱਚ ਕਰਦੇ ਡਾਕੂਮੈਂਟਸ ਤੇ। ਹਾਂਜੀ, ਇਹ ਤੁਹਾਡੀ ਖੂਬਸੂਰਤੀ ਨੋਟ ਕੀਤੀ ਆ, ਮੇਰੀ ਮੇਰਾ ਸਿਗਨੇਚਰ ਪੰਜਾਬੀ ਦੇ ਵਿੱਚ ਮੈਂ ਕਈ ਸਾਲ ਪਹਿਲਾਂ ਡਿਸਾਈਡ ਕੀਤਾ ਸੀਗਾ, ਤੇ ਆਪਾਂ ਫਿਰ ਸਾਨੂੰ ਲਿਖਣੀ ਵੀ ਆਉਂਦੀ ਹੈ ਪੰਜਾਬੀ, ਬੋਲਣੀ ਥੋੜ੍ਹੀ ਜਿਹੀ ਨੂੰ ਐਕਸੈਂਟ ਹੈਗਾ ਆ, ਬਟ ਲਿਖਣ ਦੇ ਵਿੱਚ ਵਧੀਆ, ਦੈਨ ਆਪਾਂ ਫਿਰ ਉਹ ਸਾਈਨ ਕਰਨ ਲੱਗ ਪਏ ਸੀਗੇ ਪੰਜਾਬੀ ਦੇ ਵਿੱਚ। ਔਰ ਸ਼ਾਬਾਸ਼ ਤੁਹਾਡੇ, ਕਿਉਂਕਿ ਮੈਨੂੰ ਲੱਗਦਾ ਪੰਜਾਬ ਤੋਂ, ਵੈਸੇ ਪੰਜਾਬ 'ਚ ਵੀ ਕੋਈ ਕੌਂਸਲਰ ਪੰਜਾਬੀ 'ਚ ਸਾਈਨ ਘੱਟ ਹੀ ਕਰਦਾ ਹੋਵੇਗਾ, ਪਰ ਤੁਸੀਂ ਦੁਨੀਆ 'ਚ ਐਗਜ਼ਾਮਪਲ ਪੇਸ਼ ਕੀਤੀ ਹੈ। ਇੱਕ ਦੋ ਇਸ਼ੂਜ਼ ਜਿਹੜੇ ਉਹ ਵਿਚਾਰ ਲਈਏ ਗੁਰਪ੍ਰੀਤ ਲੋਹਣਾ ਨਾਲ, ਤੁਹਾਨੂੰ ਫਿਰ ਅਸੀਂ ਦੁਬਾਰਾ ਮੌਕਾ ਲਵਾਂਗੇ, ਤੁਹਾਡੇ ਕੋਲੋਂ ਟਾਈਮ ਲਵਾਂਗੇ। ਹੈ, ਥੈਂਕ ਯੂ ਜੋ ਸਾਹਿਬ, ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਵਾਲੇ ਸਰੋਤੇ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗੁਰਪ੍ਰੀਤ। ਹਾਂਜੀ ਜੋ ਸਾਹਿਬ ਜੀ, ਅਸੀਂ ਤੁਹਾਡੇ ਨਾਲ ਜਿਹੜਾ ਇਹ ਰੀਜਨਲ ਗਵਰਨੈਂਸ ਦਾ ਇਸ ਵੇਲੇ ਇਸ਼ੂ ਚੱਲ ਰਿਹਾ ਵੀ ਮਿਸਿਸਾਗਾ ਅਲੱਗ ਹੋਣਾ ਚਾਹੁੰਦਾ, ਬਰੈਂਪਟਨ ਅਤੇ ਕੈਲੀਡਨ ਜਿਹੜੇ ਆ ਉਹ ਇੱਕ ਤਰੀਕੇ ਨਾਲ ਯੂਨਾਈਟਡ ਨੇ, ਵੀ ਉਹ ਪੀਲ ਰੀਜਨ ਦੇ ਵਿੱਚ ਰਹਿਣਾ ਚਾਹੁੰਦੇ ਨੇ, ਥੋੜ੍ਹਾ ਜਿਹਾ ਦੱਸੋ ਵੀ ਕਿਸ ਤਰ੍ਹਾਂ ਸਾਰਾ ਕੁਛ ਚੱਲ ਰਿਹਾ ਜੀ ਸਿਲਸਿਲਾ?
ਉਹ ਐਬਸੋਲੂਟਲੀ ਥੋੜੀ ਜਿਹੀ ਬੈਕਗ੍ਰਾਉਂਡ ਦੇ ਦਵਾਂ ਜੁਲ ਸਰ ਕਿ ਕੀ ਹੋ ਰਿਹਾ ਤੇ ਕੀ ਐਗਜੈਕਟਲੀ ਸਿਚੁਏਸ਼ਨ ਕੀ ਹੈ। ਸੋ ਜਿੱਦਾਂ ਆਪਣੇ ਹੁਣ ਪੰਜਾਬ ਦੇ ਵਿੱਚ ਇਲਾਕੇ ਨੇ, ਫੋਰ ਐਗਜ਼ਾਮਪਲ ਕਪੂਰਥਲਾ ਹੋ ਗਿਆ, ਲੁਧਿਆਣਾ ਹੋ ਗਿਆ, ਔਰ ਐਨੀ ਅਦਰ ਵਨ। ਸਾਡਾ ਪੀਲ ਹੈ, ਸਾਡਾ ਜਿਹੜਾ ਇਲਾਕਾ, ਸਾਡੇ ਪੀਲ ਅਪਰ ਲੈਵਲ ਹੈ, ਥੱਲੇ ਸਾਡੇ ਲੋਅਰ ਲੈਵਲ ਨੇ, ਤਿੰਨ ਮਿਊਨਿਸਪੈਲਿਟੀਆਂ ਜਿਹੜੇ ਮੈਂਬਰਸ ਨੇ ਇਸ ਰੀਜਨ ਦੇ। ਸੋ ਕੈਲਡਨ, ਬ੍ਰੈਮਟਨ ਤੇ ਮਿਸਿਸਾਗਾ 1974 ਦੇ ਵਿੱਚ ਇਹ ਸਿਸਟਮ ਸ਼ੁਰੂ ਹੋਇਆ ਸੀਗਾ ਤੇ ਹਰ ਇੱਕ ਮਿਊਨਿਸਪੈਲਿਟੀ ਦੀ ਆਪੋ ਆਪਣੀਆਂ ਰਿਸਪੋਂਸਿਬਿਲਿਟੀਜ਼ ਨੇ, ਪਰ ਪੀਲ ਰੀਜਨ ਦੇ ਵਿੱਚ ਦੇ ਨਾਲ ਸ਼ੇਅਰਡ ਰਿਸਪੋਂਸਿਬਿਲਿਟੀਜ਼ ਨੇ। ਪ੍ਰੋਵਿੰਸ ਨੇ ਡਿਸਾਈਡ ਕੀਤਾ ਕਿ ਜਿਹੜੇ ਕੋਸਟ ਨੇ ਇਹ ਘਟਣਗੀਆਂ ਜੇ ਇਹ ਰਿਸਪੋਂਸਿਬਿਲਿਟੀ ਸ਼ੇਅਰ ਕਰਨਗੇ, ਫੋਰ ਐਗਜ਼ਾਮਪਲ ਪਾਣੀ ਜਾਂ ਪੁਲਿਸ ਜਾਂ ਅਫੋਰਡੇਬਲ ਹਾਊਸਿੰਗ ਜਾਂ ਪਬਲਿਕ ਹੈਲਥ, ਇਹ ਸ਼ੇਅਰਡ ਨੇ। ਤੇ ਇੱਕ ਕੌਂਸਲ ਹੈਗੀ ਪੀਲ ਰੀਜਨਲ ਕੌਂਸਲ ਜਿਹੜੀਆਂ ਜਿਹੜੇ ਇਹ ਡਿਸਾਈਡ ਕਰਦੇ ਨੇ ਕੀ ਹੋਣਾ ਇਸ ਰਿਸਪੋਂਸਿਬਿਲਿਟੀਜ਼ ਦੇ ਨਾਲ। ਸੋ ਮਿਸਿਸਾਗਾ ਹੁਣ ਕਹਿ ਰਹੇ ਨੇ ਕਿ ਅਸੀਂ ਵੱਖ ਹੋਣਾ ਚਾਹੁੰਦੇ ਨੇ, ਵੱਖ ਹੋਣਾ ਚਾਹੁੰਦੇ ਹਾਂ। ਬ੍ਰੈਮਟਨ ਹੁਣ ਕਹਿ ਰਹੇ ਕਿ ਅਸੀਂ ਵੱਖ ਹੋਣਾ ਨਹੀਂ ਚਾਹੁੰਦੇ। ਸੋ ਪ੍ਰੋਵਿੰਸ ਰਿਵਿਊ ਕਰ ਰਿਹਾ ਸਾਡੇ ਕਾਮੈਂਟ, ਸਾਡੇ ਓਪੀਨੀਅਨ ਡੂ ਇਸ May 13 ਨੂੰ। ਤੇ ਤਿੰਨ ਆਪਸ਼ਨ ਹੋਣੇ, ਇੱਕ ਤਾਂ ਐਜ ਇਜ਼ ਰਹੇ, ਕੁਛ ਨਾ ਕਰੀਏ, ਪੀਲ ਰੀਜਨ ਜਿੱਦਾਂ ਹੁਣ ਹੈਗਾ ਇੱਦਾਂ ਹੀ ਰਵੇ। ਦੂਜਾ ਆਪਸ਼ਨ ਹੈ ਕਿ ਇੱਕ ਸਿਟੀ ਬਣ ਜਾਵੇ ਤਿੰਨ ਮਿਊਨਿਸਪੈਲਿਟੀਜ਼ ਦੀ, ਸੋ ਇੱਕ ਸਿਟੀ ਅਪੀਲ ਬਣ ਜੂਗੀ। ਤੇ ਜਾਂ ਥਰਡ ਆਪਸ਼ਨ ਇਹ ਕਿ ਵੱਖ ਵੱਖ ਆਪਾਂ ਹੋ ਜਾਈਏ, ਕੋਈ ਰੀਜਨ ਨਾ ਹੋਵੇ ਤੇ ਇੰਡੀਵਿਜੁਅਲ ਸਿਟੀਜ਼ ਆਪਾਂ ਹੋ ਜਾਈਏ। ਪਰ ਪ੍ਰੋਬਲਮ ਇਹ ਹੈ ਕਿ ਜੇ ਅਸੀਂ ਇੱਕ ਰਿਵਿਊ ਕਰਾਇਆ ਸੀਗਾ, ਸੋਰੀ ਰਿਪੋਰਟ ਆਪਾਂ ਕਰਾਈ ਸੀਗੀ ਆਪਣੇ ਡਿਲੋਇਟ ਤੋਂ, ਬਹੁਤ ਵੱਡੀ ਕੰਪਨੀ ਹੈ, ਉਹਨਾਂ ਨੇ ਕਿਹਾ ਕਿ ਜੇ ਆਪਾਂ ਵੱਖ ਹੁੰਦੇ ਹਾਂ ਇਹਦਾ $1.1 billion ਕੋਸਟ ਹੋਣਾ ਟੈਕਸ ਪੇਅਰਸ ਨੂੰ ਓਵਰ 10 years। ਜੇ ਇੱਕ ਸਿਟੀ ਅਪੀਲ ਬਣਾ ਦੇਣਗੇ ਆਪਣੇ ਪ੍ਰੋਵਿੰਸ, ਇਹਦਾ $680 million ਐਕਸਟਰਾ ਕੋਸਟ ਹੋਣਾ ਆਪਣੇ ਰੈਜ਼ੀਡੈਂਟਸ ਨੂੰ। ਜੇ ਆਪਾਂ ਕੁਛ ਨਾ ਕਰੀਏ ਫਿਰ ਇਹਦਾ ਜ਼ੀਰੋ ਸਾਨੂੰ ਟੈਕਸ ਇਨਕਰੀਜ਼ ਹੋਣਾ। ਸੋ ਮਿਸਿਸਾਗਾ ਹੁਣ ਲੋਕਾਂ ਨੂੰ ਕਹਿ ਰਹੇ ਕਿ ਇਹ ਜ਼ਿਆਦਾ ਪੈਸਾ ਪੇ ਕਰਦੇ ਆ $85 million ਪਰ ਈਅਰ, ਪਰ ਇਹ 2003 ਦੇ ਸਟੈਟਿਸਟਿਕਸ ਯੂਜ਼ ਕਰਦੇ ਆ। ਸੋ ਉਹਨਾਂ ਦਾ ਟਾਊਨ ਹਾਲ ਹੋਇਆ ਸੀਗਾ, ਸਾਡਾ ਵੀ ਹੁਣ ਸੈਚਰਡੇ ਹੋਇਆ ਸੀਗਾ, 50 ਲੋਕ ਹੀ ਆਏ ਸਨ। 66% ਉਹਨਾਂ ਚੋਂ ਇਨ ਫੇਵਰ ਸੀਗੇ ਕਿ ਆਪਾਂ ਕੁਛ ਨਾ ਕਰੀਏ, ਲੈਟਸ ਸਟੇ ਐਜ਼ ਇਜ਼। ਸਾਡੇ 24 April ਨੂੰ ਇੱਕ ਟੈਲੀਫੋਨ ਟਾਊਨ ਹਾਲ ਸੀਗਾ, 5000 ਆਪਣੇ ਬ੍ਰੈਂਪਟਨ ਰੈਜ਼ੀਡੈਂਟ ਨੇ ਆਪਣੀ ਇਨਪੁਟ ਦਿੱਤੀ ਸੀਗੀ। ਉੱਥੇ ਵੀ 70% ਸੇਮ ਲੋਕਾਂ ਨੇ ਸਪੋਰਟ ਕੀਤਾ ਸੀਗਾ ਕਿ ਆਪਾਂ ਐਜ਼ ਇਜ਼ ਰਹੇ, ਕੁਛ ਨਾ ਕਰੀਏ ਰੀਜਨ ਨੂੰ। ਠੀਕ ਹੈ। ਅੱਛਾ, ਸਾਡੇ ਸਰੋਤੇ ਦਰਸ਼ਕ ਸੋਚਦੇ ਹੋਣਗੇ ਵੀ ਮਿਸਿਸਾਗਾ ਕਹਿ ਰਿਹਾ ਵੀ ਅਸੀਂ ਵੱਖ ਹੋਣਾ, ਬ੍ਰੈਂਪਟਨ ਕਹਿ ਰਿਹਾ ਵੀ ਅਸੀਂ ਵੱਖ ਨਹੀਂ ਹੋਣਾ। ਥੋੜ੍ਹਾ ਜਿਹਾ ਸਮਝਾ ਦਿਓ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਵੀ ਮਿਸਿਸਾਗਾ ਨੂੰ ਕੀ ਗੱਲ ਆ ਵੀ ਉਹ ਵੱਖ ਹੋਣਾ ਚਾਹੁੰਦੇ ਨੇ ਤੇ ਬ੍ਰੈਂਪਟਨ ਕਿਉਂ ਨਾਲ ਰਹਿਣਾ ਚਾਹੁੰਦੇ ਨੇ ਜੀ। ਸੋ 1974 ਦੇ ਵਿੱਚ ਅਸੀਂ ਰੀਜਨ ਸ਼ੁਰੂ ਹੋਇਆ ਸੀਗਾ ਤੇ ਰੀਜਨ ਨੇ ਡਿਸਾਈਡ ਕੀਤਾ, ਕਿਉਂਕਿ ਹੁਣ ਮਿਸਿਸਾਗਾ ਪਾਣੀ ਦੇ ਲਾਗੇ ਹੈ ਕਿ ਇਨਫਰਾਸਟ੍ਰਕਚਰ ਸਾਰਾ ਉੱਥੋਂ ਸ਼ੁਰੂ ਕਰਦੇ ਹਾਂ, ਪਹਿਲਾਂ ਮਿਸਿਸਾਗਾ ਨੂੰ ਡਿਵੈਲਪ ਕਰਦੇ ਹਾਂ, ਉਸ ਤੋਂ ਬਾਅਦ ਬ੍ਰੈਂਪਟਨ ਡਿਵੈਲਪ ਹੋਊਗਾ ਤੇ ਬਾਅਦ ਵਿੱਚ ਕੈਲਡਨ। ਸੋ ਜਿੱਦਾਂ ਹੁਣ ਜੁਆਇੰਟ ਫੈਮਿਲੀ ਦੇ ਵਿੱਚ ਤਿੰਨ ਭਰਾ ਰਹਿੰਦੇ ਆ ਤੇ ਇੱਕ ਨੂੰ ਸਪੋਰਟ ਕਰੀਏ ਤੇ ਬਾਅਦ ਦੇ ਵਿੱਚ ਉਹ ਇੱਕ ਭਰਾ ਕਹੇ ਕਿ ਮੈਂ ਨੀ ਹੁਣ ਕੰਟਰੀਬਿਊਟ ਕਰਨਾ ਤੁਹਾਡੇ ਵਾਸਤੇ, ਉਹ ਵੱਖ ਹੋ ਜਾਂਦਾ, ਮਤਲਬ ਕਿ ਸਾਰੀ ਹੈਲਪ ਲੈ ਕੇ। ਇਹ ਤਾਂ ਇਹ ਸੇਮ ਸਿਚੁਏਸ਼ਨ ਹੈ। ਸੋ ਬਿਲੀਅਨਸ ਡਾਲਰ ਬ੍ਰੈਂਪਟਨ ਨੇ ਆਲਰੇਡੀ ਇਹਨਾਂ ਨੂੰ ਦਿੱਤਾ ਪਿਛਲੇ 50 ਸਾਲਾਂ ਦੇ ਵਿੱਚ, ਤੇ ਸਾਡੀ ਵਾਰੀ ਹੁਣ ਉਸ ਸੇਮ ਹੈਲਪ ਵਾਸਤੇ, ਕਿਉਂਕਿ ਇੱਕ ਪੂਰਾ ਤੀਜਾ ਹਿੱਸਾ ਸਾਡਾ ਸਿਟੀ ਦਾ ਅਨਡਿਵੈਲਪਡ ਹੈ। ਸੋ ਬਿਲੀਅਨਸ ਆਫ ਡਾਲਰਸ ਓਡ ਨੇ ਸਾਨੂੰ ਇਨਫਰਾਸਟ੍ਰਕਚਰ ਵਾਸਤੇ, ਤੇ ਜਿਹੜੇ ਇਹ ਨੰਬਰਸ ਇਹ ਦੱਸ ਰਹੇ ਲੋਕਾਂ ਨੂੰ ਕਿ ਰੈਸ਼ਨੈਲ ਕਿ ਰੀਜ਼ਨ ਕੀ ਨੇ ਕਿ ਇਹ ਜ਼ਿਆਦਾ ਪੇ ਕਰਦੇ, ਇਹ ਸਟੈਟਿਸਟਿਕਸ ਬਿਲਕੁਲ ਗਲਤ ਨੇ, ਇਹ ਆਊਟਡੇਟਡ ਨੇ, 16 ਸਾਲ ਇਹ ਪੁਰਾਣੇ ਆ ਸਟੈਟਿਸਟਿਕਸ ਨੇ। ਸੋ ਦੈਟਸ ਦ ਰੀਜ਼ਨ ਵਾਈ ਆਈ ਥਿੰਕ ਦੇਰ ਇਜ਼ ਅਦਰ ਰੀਜ਼ਨਸ ਦੈਟ ਦੇ ਮਾਈਟ ਨਾਟ ਵਾਂਟ ਟੂ ਬਿਕਾਜ਼ ਇਟ ਵਿਲ ਕੋਸਟ ਦੈਮ ਮੋਰ ਟੂ ਸਟੇ ਇਨ ਦ ਰੀਜ਼ਨ, ਪਰ what's fair is fair. Sadi asi ehi kiya as a city ke sare statistics evidence based te apa position lavange te by the end of this month officially taur te apa fir lokan nu dassange sada official position ki hai, but it's most likely that we want to stay in the region. So this thode ja indicate kar rahe ho ve Mississauga selfish hai pe apna interest ho pura karan to baad hun kehnde ne ve asi theek thak han te challe ha ਅਤੇ ਬਾਕੀਆਂ ਨੂੰ ਉਹਨਾਂ ਦੇ ਹਾਲ 'ਤੇ ਛੱਡਦੇ ਜਾ ਰਹੇ ਨੇ। ਪਰ ਕੀ ਲੱਗਦਾ ਤੁਹਾਨੂੰ ਕਿ ਵੀ ਹੋਏਗਾ ਉਹ ਜੋ ਲੋਕ ਚਾਹੁੰਦੇ ਨੇ ਕਿ ਜਾਂ ਫਿਰ ਬ੍ਰੈਂਪਟਨ ਦੇ ਵਿੱਚ ਪੈਟਰਿਕ ਬਰਾਊਨ ਅਤੇ ਡੱਗਫੋਰਡ ਸਾਹਿਬ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਥੋੜ੍ਹਾ ਜਿਹਾ ਆਹਮੋ ਸਾਹਮਣੇ ਹੋ ਜਾਂਦੇ ਆ, ਵੀ ਡੱਗਫੋਰਡ ਸਾਹਿਬ ਦੀ ਮਰਜ਼ੀ ਚੱਲੇਗੀ? ਐਟ ਦੀ ਐਂਡ ਆਫ ਦ ਡੇ ਜੋ ਡੱਗਫੋਰਡ ਕਹੋਗਾ
ਉਹੀ ਹੋਣਾ ਤੇ ਈਵਨ ਮੈਂ ਕਈ MPPs ਕੱਲੇ ਬ੍ਰੈਂਪਟਨ ਦੇ ਵਿੱਚ ਨਹੀਂ ਬਾਕੀ ਬਾਹਰਲੇ ਸ਼ਹਿਰਾਂ ਦੇ ਵਿੱਚ ਉਹ ਵੀ ਇਹ ਸੇਮ ਚੀਜ਼ ਕਹਿੰਦੇ ਕਿ ਲਿਸਨ ਆਪਾਂ ਤੈਨੂੰ ਕੁਛ ਕਹਿ ਸਕਦੇ ਹਾਂ ਪਰ ਐਟ ਦੀ ਐਂਡ ਆਫ ਦ ਡੇ ਇਟਸ ਡਗ ਫੋਰਡਸ ਡਿਸੀਜਨ ਸੋ ਪਰ we've seen him make some good decisions as well. We have seen him make decisions that we don't agree with, like any other politician. But what the word jinna pa pressure paawange apne local MPPs de dono party diyan ke assi nahi chahunde, that'll be beneficial to us when he does make a decision. ਠੀਕ ਹੈ ਜੀ, ਅਤੇ ਅਸੀਂ ਇਹਨਾਂ ਕੁਝ ਇਸ਼ੂਜ਼ 'ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਬੇਨਤੀ ਕਰਾਂਗੇ, ਸਟੂਡੀਓ ਤੁਸੀਂ ਆਉਣਾ ਅਤੇ ਫਿਰ ਡੀਟੇਲ ਦੇ ਵਿੱਚ ਵਿਚਾਰਾਂਗੇ, ਪਰ ਜਾਣ ਤੋਂ ਪਹਿਲਾਂ ਇੱਕ ਸਾਨੂੰ ਦੱਸ ਜਾਓ ਕਿਉਂਕਿ ਇਹ ਤੁਸੀਂ ਮੇਰੇ ਖਿਆਲ 'ਤੇ ਕੰਮ ਕੀਤਾ ਸੀ ਪੀ ਸੀਨੀਅਰਸ ਦਾ ਜਿਹੜਾ ਇਹ ਟ੍ਰਾਂਜ਼ਿਟ ਬੱਸ ਪਾਸ ਹੈ ਇਹ $15 ਦਾ ਹੋਣ ਜਾ ਰਿਹਾ, ਇੱਕ ਤਾਂ ਦੱਸ ਦਿਓ ਵੀ ਕਦੋਂ ਤੋਂ ਹੋਣ ਜਾ ਰਿਹਾ ਅਤੇ ਮੁਫਤ ਕਦੋਂ ਹੋ ਜਾਏਗਾ ਜੀ ਇਹ ਪਾਸ? ਹਾਂਜੀ ਜ਼ਰੂਰ ਜੀ, ਵੈਰੀ ਗੁੱਡ ਪੁਆਇੰਟ ਐਂਡ ਸੋ ਮੈਂ ਇੱਕ ਅਮੈਂਡਮੈਂਟ ਪੇਸ਼ ਕੀਤਾ ਸੀਗਾ ਆਪਣੇ 2019 ਬਜਟ ਦੇ ਵਿੱਚ ਮਾਰਚ ਦੇ ਵਿੱਚ ਜਿਹੜਾ ਪਾਸ ਹੋਇਆ ਸੀਗਾ, ਜਿੱਥੇ ਮੈਂ ਕਿਹਾ ਬੱਸ ਸਰਵਿਸ ਫ੍ਰੀ ਹੋਣਾ ਚਾਹੀਦਾ 2022 ਤੋਂ ਪਹਿਲਾਂ, ਪਰ ਜਿੱਥੇ ਹੁਣ $52 ਪੇ ਕਰਦੇ ਆਪਣੇ ਸੀਨੀਅਰਸ ਇੱਕ ਮੰਥਲੀ ਪਾਸ ਵਾਸਤੇ, ਉਹ ਆਪਾਂ ਰਿਡਿਊਸ ਕਰਤਾ $15 ਤੱਕ ਇਨ ਦ ਮੀਨ ਟਾਈਮ, ਉਨੀ ਦੇਰ ਤੱਕ ਜਿੰਨਾ ਚਿਰ ਤੱਕ ਫ੍ਰੀ ਨਹੀਂ ਹੁੰਦਾ. ਸੋ ਇਹ $15 ਦੀ ਜਿਹੜੀ ਪ੍ਰਾਈਸ ਹੈ ਇਹ ਆਪਣੇ ਸਪਤੰਬਰ ਦੇ ਵਿੱਚ ਸ਼ੁਰੂ ਹੋਣਾ ਮੋਸਟ ਲਾਈਕਲੀ, ਜੇ ਕੋਈ ਪ੍ਰੋਬਲਮ ਆਈ ਮੇ ਬੀ ਅਰਲੀ ਨਿਊ ਈਅਰ ਇਨ 2020, ਪਰ ਜੋ ਸਟਾਫ ਸਾਨੂੰ ਇੰਡੀਕੇਟ ਕਰਦੇ ਹੋਣ ਕਿ ਇਹ ਸਤੰਬਰ ਦੇ ਵਿੱਚ ਸ਼ੁਰੂ ਹੋਣਾ, ਤੇ ਨਾਲ ਦੇ ਨਾਲ ਇਹ ਵੀ ਮੈਂਸ਼ਨ ਕਰ ਦਵਾਂ ਕਿ ਜਿਹਨੇ ਪਾਸ ਲੈਣਾ ਹੋਗਾ ਉਹਨਾਂ ਦੇ ਕੋਲ ਜਿਹੜਾ ਸੀਨੀਅਰ ਆਈਡੀ ਕਾਰਡ ਹੋਣਾ ਚਾਹੀਦਾ ਅਤੇ ਇੱਕ ਪ੍ਰੈਸਟੋ ਕਾਰਡ ਵੀ. ਅੱਛਾ ਜੀ, ਪ੍ਰੈਸਟੋ ਕਾਰਡ ਬਾਰੇ ਥੋੜਾ ਜਿਹਾ ਦੱਸ ਦਿਓ, ਸਾਰੇ ਸੀਨੀਅਰਸ ਕੋਲ ਹੁੰਦਾ ਜੀ ਆਲਰੇਡੀ ਇਹ? ਇਹ ਜਿਹੜਾ ਪ੍ਰੈਸਟੋ ਕਾਰਡ ਹੈ ਜੀ, ਇਹ ਇੱਕ ਕਾਮਨ ਕਾਰਡ ਸਾਰੇ GTA ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ. ਸੋ ਇਹ ਆਪਣੇ ਪ੍ਰੋਵਿੰਸ ਨੇ ਇੰਟਰੋਡਿਊਸ ਕੀਤਾ ਸੀਗਾ GTA ਦੇ ਵਿੱਚ. ਤੁਸੀਂ ਆਪਣਾ ਗੋ ਟ੍ਰਾਂਜ਼ਿਟ, ਵਾਨ ਟ੍ਰਾਂਜ਼ਿਟ ਜਾਂ ਹੋਰ ਵੀ ਕੋਈ ਵੀ ਆਪਣਾ ਲੋਕਲ GTA ਟ੍ਰਾਂਜ਼ਿਟ ਸਿਸਟਮ ਹੋਵੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਇਨ ਡਿਫਰੈਂਟ ਸਿਟੀਜ਼. ਸੋ ਉਹ ਲੈਣਾ ਪਊਗਾ ਤੇ ਉਹਦੇ ਵਿੱਚ ਪ੍ਰੋਗਰਾਮ ਕੀਤਾ ਜਾਊਗਾ ਕਿ ਤੁਹਾਡਾ ਜਿਹੜਾ ਪਾਸ ਹੈ ਮੰਥਲੀ ਉਹ ਸੀਨੀਅਰਸ ਵਾਲਾ ਪਾਸ ਹੈ, ਪਰ ਨਾਲ ਦੇ ਨਾਲ ਆਪਣਾ ਦੂਜਾ ਵੀ ਹੋਣਾ ਚਾਹੀਦਾ ਜਸਟ ਇਨ ਕੇਸ, ਜਿਹੜਾ ਸੀਨੀਅਰਸ ID ਕਾਰਡ ਉਹ ਮੁਫਤ ਦਾ ਮਿਲਦਾ ਆਪਣੇ ਸਿਟੀ ਹਾਲ ਤੋਂ ਜੀ. ਹਾਂ, ਉਹਦੀ ਜੇ ਏਜ ਜਿਹੜੀ ਆ 65 ਜਾਂ ਓਵਰ ਹੋਣੀ ਚਾਹੀਦੀ ਹੈ ਅਤੇ ਬ੍ਰੈਂਪਟਨ ਦਾ ਰੈਜੀਡੈਂਟ ਹੋਣਾ ਚਾਹੀਦਾ ਸੀਨੀਅਰ. ਅੱਛਾ ਗੁਰਪ੍ਰੀਤ, ਇਹਦੇ ਵਿੱਚ ਇਹ ਦੱਸੋ ਵੀ ਪਾਸ ਤਾਂ ਬ੍ਰੈਂਪਟਨ ਵਾਸਤੇ ਜੇ ਸੀਨੀਅਰ ਚਾਹੁੰਦੇ ਨੇ ਵੀ ਬ੍ਰੈਂਪਟਨ ਦੇ ਵਿੱਚ ਟ੍ਰਾਂਜ਼ਿਟ ਬੱਸ ਵਿੱਚ ਮੁਫਤ ਜਾਂ ਕਹਿ ਲਓ ਵੀ ਲੋਅਰ ਪ੍ਰਾਈਸ 'ਤੇ ਸਫ਼ਰ ਕਰ ਸਕਣ, ਅਤੇ ਪ੍ਰੈਸਟੋ ਕਾਰਡ ਹਰ ਬੰਦਾ ਅਫੋਰਡ ਕਰ ਸਕਦਾ ਜੀ, ਕਿੰਨੇ ਕੁ ਦਾ ਹੁੰਦਾ ਉਹ? ਪ੍ਰੈਸਟੋ ਕਾਰਡ ਆਈ ਥਿੰਕ ਇਟਸ $5, $5 ਦਾ, ਇੰਨਾ ਜ਼ਿਆਦਾ ਨਹੀਂਗਾ, ਪਰ ਜਿੰਨਾ ਕੁ ਤੁਸੀਂ ਸੇਵ ਕਰਨਾ ਇਹ ਥੋੜ੍ਹਾ ਬਹੁਤ ਛੋਟੀ ਇਨਵੈਸਟਮੈਂਟ ਹੈ $5 ਦੀ, ਤੁਸੀਂ ਪਰਮਨੈਂਟਲੀ ਤੁਸੀਂ ਇੱਕ ਕਾਰਡ ਤੁਸੀਂ ਯੂਜ਼ ਕਰ ਸਕੋਗੇ ਜੀ. ਅੱਛਾ, ਉਹਨੂੰ ਐਵਰੀ ਮੰਥ ਉਹਦੇ ਕੋਈ ਪੈਸੇ ਨਹੀਂ ਦੇਣ ਦੀ ਲੋੜ ਹੈ ਜੀ? ਕੋਈ ਪੈਸਾ ਨਹੀਂ ਜੀ. ਠੀਕ ਹੈ ਜੀ, ਲਓ ਜੀ $15 ਅਤੇ ਫਿਰ ਇਹ ਮੁਫਤ ਹੋ ਜਾਏਗਾ. $0 ਤੇ ਕਦੋਂ ਜਾਏਗਾ? ਇਹ 2022 ਤੋਂ ਪਹਿਲਾਂ ਅਸੀਂ ਆਪਣੇ ਸਟਾਫ ਨੂੰ ਕਿਹਾ ਜੀ. ਠੀਕ ਹੈ ਜੀ, ਲਓ ਜੀ ਸਪਟੈਂਬਰ ਤੋਂ ਕਹਿ ਰਹੇ ਨੇ ਵੀ $15 ਹੋ ਜਾਏਗਾ, ਅਤੇ ਉਸ ਤੋਂ ਬਾਅਦ ਜੇ ਸਪਟੈਂਬਰ 'ਚ ਨਾ ਹੋ ਸਕਿਆ ਤਾਂ ਨਵੇਂ ਸਾਲ ਤੋਂ ਹੋ ਜਾਏਗਾ, ਅਤੇ ਫਿਰ ਜਲਦੀ ਇਹ $0 ਦਾ ਵੀ ਕਰ ਦਿੱਤਾ ਜਾਏਗਾ. ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਅਤੇ ਇਸ 'ਤੇ ਕੰਮ ਕੀਤਾ. ਜਾਣ ਤੋਂ ਪਹਿਲਾਂ ਹੋਰ ਕੁਝ ਕਹਿਣਾ ਚਾਹੋ? ਜ਼ਰੂਰ ਜੀ, ਕਿਸੇ ਕੋਈ ਕੁਐਸਚਨ ਹੈ ਤੁਸੀਂ ਸਾਨੂੰ 905-800-2409 'ਤੇ ਕਾਲ ਕਰ ਸਕਦੇ, gurpreet@brampton.ca ਅਤੇ ਜੋ ਸਾਹਿਬ ਇੱਕ ਹੋਰ ਮੈਂ ਐਕਚੁਲੀ ਬੇਨਤੀ ਕਰਨੀ ਸੀਗੀ, ਮੈਨੂੰ ਯਾਦ ਨਹੀਂ ਸੀ ਰਿਹਾ, June 22 ਨੂੰ ਸਾਡੀ ਗ੍ਰੈਂਡ ਓਪਨਿੰਗ ਹੈ ਓਫੀਸ਼ਲ ਰਿਬਨ ਕਟਿੰਗ ਆਪਣੇ ਕੋਮਾਗਾਟੋ ਮਾਰੂ ਪਾਰਕ ਦੀ. ਉੱਥੇ ਅਸੀਂ ਓਨਰ ਕਰਨਾ ਚਾਹੁੰਦੇ ਹਾਂ ਉਹ ਜਿਹੜੇ ਆਪਣੇ ਜਿਹੜੇ ਰਿਲੇਟਿਵਸ ਨੇ ਆਪਣੇ ਜਿੰਨਾ ਜਿਹੜੇ ਸ਼ਿਪ 'ਤੇ ਸੀਗੇ. ਸੋ ਜੇ ਕੋਈ ਸੁਣਦਾ ਪਿਆ ਜਾਂ ਵੇਖਦਾ ਪਿਆ TV, ਜੇ ਤੁਹਾਡਾ ਕੋਈ ਰਿਲੇਟਿਵ ਜਾਂ ਤੁਹਾਡਾ ਕੋਈ ਡਿਸੈਂਡੈਂਟ ਉਸ ਸ਼ਿਪ 'ਤੇ ਸੀਗਾ, ਸਾਨੂੰ ਜ਼ਰੂਰ ਤੁਸੀਂ ਕਾਲ ਕਰੋ, ਤਾਂ ਅਸੀਂ ਤੁਹਾਨੂੰ ਓਨਰ ਕਰਨਾ ਚਾਹੁੰਦੇ ਹਾਂ ਉਸ ਦਿਨ 'ਤੇ June 22 ਨੂੰ ਕੋਮਾਗਾਟੋ ਮਾਰੂ ਪਾਰਕ ਆਪਣੇ ਬ੍ਰੈਮਲੀ ਲਾਇਬ੍ਰੇਰੀ 'ਤੇ, ਬ੍ਰੈਮਲੀ ਅਤੇ ਸੈਂਡਲਵੁੱਡ 'ਤੇ ਜੀ. ਠੀਕ ਹੈ ਜੀ, ਬਹੁਤ ਸ਼ਾਨਦਾਰ ਪਾਰਕ ਉਹ ਬਣਾਇਆ ਸਿਟੀ ਦੇ ਵਿੱਚ, ਅਤੇ ਬਿਲਕੁਲ ਜੀ ਇਸ ਦੇ ਬਾਰੇ ਇਨਫੋਰਮੇਸ਼ਨ ਅਸੀਂ ਵੀ ਸਾਂਝੀ ਕਰਦੇ ਰਹਾਂਗੇ ਸਰੋਤਿਆਂ ਦਰਸ਼ਕਾਂ ਨਾਲ. ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਢਿੱਲੋਂ ਜੀ. ਥੈਂਕ ਯੂ ਜੀ, ਬਹੁਤ ਮਿਹਰਬਾਨੀ. ਲਓ ਜੀ, ਗੁਰਪ੍ਰੀਤ ਸਿੰਘ ਢਿੱਲੋਂ ਪੇਸ਼ ਹੋ ਰਹੇ ਸੀ ਪ੍ਰੋਗਰਾਮ ਦੇ ਵਿੱਚ ਵਾਰਡ 9 ਅਤੇ 10 ਤੋਂ ਰੀਜਨਲ ਕੌਂਸਲ ਪੀਲ ਰੀਜਨ ਦੇ ਵਿੱਚ, ਅਤੇ ਹੁਣ ਸਾਡੇ ਸਰੋਤੇ ਦਰਸ਼ਕ ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਗੇ. ਅਸੀਂ ਥੋੜ੍ਹਾ ਜਿਹਾ ਦੱਸ ਦਈਏ ਤੁਹਾਨੂੰ ਇਹ ਸੀਨੀਅਰਸ ਦੇ ਪਾਸ ਦੇ ਬਾਰੇ ਇਨਫੋਰਮੇਸ਼ਨ ਇੱਕ ਵਾਰ ਫੇਰ, ਕਿ ਭਈ ਸੀਨੀਅਰਸ ਦਾ ਇਹ ਪਾਸ ਆ ਜਿਹੜਾ ਬ੍ਰੈਂਪਟਨ ਦੇ ਵਿੱਚ ਬ੍ਰੈਂਪਟਨ ਟ੍ਰਾਂਜ਼ਿਟ ਦਾ, ਜਿਹੜੀਆਂ ਬੱਸਾਂ ਚੱਲਦੀਆਂ ਨੇ ਬ੍ਰੈਂਪਟਨ ਤੋਂ ਸਰਕਾਰੀ ਕਹਿ ਲਓ, ਉਹਨਾਂ ਦਾ ਇਹ ਪਾਸ
ਜਿਹੜਾ ਕਿ ਸਪਤੰਬਰ ਤੋਂ ਇਸੇ ਸਾਲ 2019 ਤੋਂ ਜਾਂ ਅਗਲਾ ਸਾਲ ਜਦੋਂ ਸ਼ੁਰੂ ਹੁੰਦੇ ਸਾਰ ਜੇ ਕੋਈ ਟੈਕਨੀਕੈਲਿਟੀ ਆਉਂਦੀ ਹੈ ਤਾਂ ਫਿਰ ਇਹ $15 ਦੇ ਵਿੱਚ ਪਾਸ ਜਿਹੜਾ ਮੰਥਲੀ ਬਣਨਾ ਸ਼ੁਰੂ ਹੋ ਜਾਏਗਾ। ਉਹਦੇ ਵਿੱਚ ਜਿਸ ਤਰ੍ਹਾਂ ਦੱਸਿਆ ਗਿਆ ਦੋ ਕੰਡੀਸ਼ਨਸ ਨੇ। ਇੱਕ ਕੰਡੀਸ਼ਨ ਹੈ ਵੀ ਉਸ ਪਾਸ ਨੂੰ ਲੈਣ ਵਾਲਾ ਜਿਹੜਾ ਐਲੀਜੀਬਲ ਸੀਨੀਅਰ ਵਿਅਕਤੀ ਉਹੀ ਹੋਏਗਾ ਜਿਹਦੀ ਘੱਟ ਤੋਂ ਘੱਟ ਉਮਰ 65 ਸਾਲ ਆ ਜਾਂ ਇਸ ਤੋਂ ਵੱਧ ਆ, ਅਤੇ ਦੂਸਰਾ ਵੀ ਉਹ ਬ੍ਰੈਂਪਟਨ ਸਿਟੀ ਦੇ ਵਿੱਚ ਰਹਿੰਦੇ ਵੀ ਹੋਣੇ ਚਾਹੀਦੇ ਆ, ਹੈ ਨਾ। ਵੀ ਉਹ ਜਿਹੜਾ ਇੱਕ ਤਰੀਕੇ ਦੇ ਨਾਲ ਆਈਡੀ ਕਾਰਡ ਬਣਦਾ ਬ੍ਰੈਂਪਟਨ ਟ੍ਰਾਂਜ਼ਿਟ ਦੇ ਵੱਲੋਂ, ਉਹ ਬਣਵਾ ਲੈਣਾ। ਅਤੇ ਉਹ ਬਣਨਾ ਤਾਂ ਦਿਆ ਜੇ ਬੰਦਾ ਬ੍ਰੈਂਪਟਨ ਦੇ ਵਿੱਚ ਰਹਿੰਦਾ ਹੋਊਗਾ ਅਤੇ 65 ਸਾਲ ਜਾਂ ਉਸ ਤੋਂ ਜ਼ਿਆਦਾ ਉਸ ਦੀ ਜਿਹੜੀ ਉਹ ਉਮਰ ਹੋਏਗੀ। ਅਤੇ ਇਸ ਦੇ ਨਾਲ ਹੀ ਫਿਰ ਇਹ ਪ੍ਰੈਸਟੋ ਕਾਰਡ ਦੇ ਬਾਰੇ 'ਚ ਵੀ ਦੱਸਿਆ ਗੁਰਪ੍ਰੀਤ ਲੋਹਣਾ ਨੇ ਵੀ ਉਹ ਹੋਣਾ ਚਾਹੀਦਾ। ਅਤੇ ਫਿਰ ਤੁਸੀਂ $15 ਦੇ ਵਿੱਚ ਪੂਰਾ ਮਹੀਨਾ ਬ੍ਰੈਂਪਟਨ ਦੇ ਵਿੱਚ ਜਿੱਥੇ ਵੀ ਆਉਣਾ ਜਾਣਾ ਚਾਹੋ ਉਹ ਆ ਜਾ ਸਕੋਗੇ। ਇਸ ਦੇ ਬਾਰੇ ਜਿਹੜੀ ਅਗਲੇਰੀ ਜਾਣਕਾਰੀ ਹੈ ਨਾ, ਹੁਣ ਫਿਰ ਇਹ ਬ੍ਰੈਂਪਟਨ ਟ੍ਰਾਂਜ਼ਿਟ ਦੇ ਵੱਲੋਂ ਓਫੀਸ਼ੀਅਲਸ ਬ੍ਰੈਂਪਟਨ ਸਿਟੀ ਦੇ ਲੋਕਾਂ ਨੂੰ ਦਿੰਦੇ ਰਹਿਣਗੇ। ਅਤੇ 2022 ਤੱਕ ਇਹ ਜਿਹੜਾ ਪਾਸ ਆ ਇਹ ਹੋ ਜਾਏਗਾ ਬਿਲਕੁਲ ਮੁਫਤ। ਸੋ ਕਿਹਾ ਜਾ ਸਕਦਾ ਵੀ ਜੇ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਆਉਂਦਾ ਇਹ ਪਾਸ $15 ਦਾ, ਅਤੇ 2 ਸਾਲਾਂ ਤੋਂ ਬਾਅਦ ਇਹ ਬਿਲਕੁਲ ਮੁਫਤ ਹੋ ਜਾਏਗਾ। ਸਾਡੇ ਕੋਲ ਹੋਰ ਵੀ ਆ ਕਾਫੀ ਇਨਫੋਰਮੇਸ਼ਨ, ਉਸ ਤੋਂ ਪਹਿਲਾਂ ਅਸੀਂ ਲਵਾਂਗੇ ਇੱਕ ਬ੍ਰੇਕ ਅਤੇ ਫਿਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਸਰੀ ਲੈ ਚੱਲੀਏ। ਗੁਰਪ੍ਰੀਤ ਸਿੰਘ ਸਹੋਤਾ ਉੱਥੋਂ ਪੇਸ਼ ਕਰਨਗੇ ਕੁਝ ਇੱਕ ਤਾਜ਼ਾ ਤਰੀਨ ਜਾਣਕਾਰੀਆਂ ਇਹਨਾਂ ਸੰਦੇਸ਼ਾਂ ਤੋਂ ਬਾਅਦ।